ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਾਡੇ YouTube ਚੈਨਲ ਤੇ ਪੰਜਾਬ ਪੁਲਿਸ ਕਨਸਟੇਬਲ 2021 ਦੀ ਰਿਜ਼ਲਟ ਕਦ ਤੱਕ ਆਏਗਾ ਸਾਰਿਆਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਤਾਂ ਇਹ ਅਜੇ ਤੱਕ ਕੋਈ ਅਫੀਸ਼ੀਅਲ ਜਾਣਕਾਰੀ ਨਹੀਂ ਆਈ ਹੈ ਪੰਜਾਬ ਪੁਲਿਸ ਰਿਕਰੂਟਮੈਂਟ ਬੋਰਡ ਵੱਲੋਂ ਜਾਂ TCS ਵੱਲੋਂ ਜਾਂ ਪੰਜਾਬ ਪੁਲਿਸ ਦੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ ਕਿ ਕਦ ਤੱਕ ਰਿਜ਼ਲਟ ਆ ਸਕਦਾ ਹੈ ਹੈਨਾ ਤੇ ਇਹਦੇ ਵਿੱਚ ਕੁਝ ਆਪਾਂ ਫੈਕਟਸ ਤੇ ਬੇਸਿਸ ਤੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਰਿਜ਼ਲਟ ਕਦ ਤੱਕ ਆ ਸਕਦਾ ਤਾਂ ਤੁਸੀਂ ਵੀ ਇਸ ਵੀਡੀਓ ਦੇ ਨਾਲ ਪੂਰੀ ਅੰਤ ਤੱਕ ਬਨੇ ਰਹੋ ਤੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਦ ਤੱਕ ਰਿਜ਼ਲਟ ਆ ਸਕਦਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪੰਜਾਬ ਪੁਲਿਸ ਦੀ ਵੈਬਸਾਈਟ ਤੇ ਜਾਣਾ ਪਵੇਗਾ ਪੰਜਾਬ ਪੁਲਿਸ ਦੀ ਵੈਬਸਾਈਟ ਖੋਲ੍ਹ ਲੈਂਦੇ ਆਪਾਂ ਜਿਦਾਂ ਕਿ ਤੁਹਾਨੂੰ ਪਤਾ ਹੈ ਆਪਣੇ ਕਾਂਸਟੇਬਲ ਤੋਂ ਪਹਿਲਾਂ ਹੋਰ ਵੀ ਇਗਜ਼ਾਮ ਹੋ ਚੁੱਕੇ ਨੇ ਸਬ ਇੰਸਪੈਕਟਰ ਦਾ ਹੋਇਆ ਸੀਗਾ ਤੇ ਕਾਂਸਟੇਬਲ ਜਿਹੜਾ ਅ ਇੰਟੈਲੀਜੈਂਸ ਅਸਿਸਟੈਂਟ ਤੇ ਇਨਵੈਸਟੀਗੇਸ਼ਨ ਕੈਡਰ ਦਾ ਕਨਸਟੇਬਲ ਦਾ ਇਗਜ਼ਾਮ ਹੋਇਆ ਸੀ ਹੈੱਡ ਕਨਸਟੇਬਲ ਦਾ ਹੋਇਆ ਸੀ ਸਿਵਿਲIAN سپورਟ ਸਟਾਫ ਦਾ ਹੋ ਚੁੱਕਾ ਹੈ ਤੇ ਟੈਕਨੀਕਲ ਐਂਡ سپورਟ ਸਰਵਿਸ ਕੈਡਰ ਦੇ ਸਬ ਇੰਸਪੈਕਟਰ ਤੇ ਕਨਸਟੇਬਲ ਦੇ ਇਗਜ਼ਾਮ ਵੀ ਕੰਡਕਟ ਕਰਵਾਏ ਜਾ ਰਹੇ ਨੇ ਉਹਨਾਂ ਦੀ ਡੇਟਸ ਆ ਚੁੱਕੀਆਂ ਨੇ ਤੁਸੀਂ ਹਜ ਤੱਕ ਮੇਰੇ ਸਾਹਮਣੇ ਦੇਖ ਲਈਆਂ ਹੋਣੀਆਂ ਨੇ 26 ਤਰੀਕ ਤੋਂ ਇਥੇ ਇਗਜ਼ਾਮ ਸ਼ੁਰੂ ਨੇ ਕਿ ਜਿਹੜਾ ਸਬ ਇੰਸਪੈਕਟਰ ਦਾ ਜਿਹੜਾ ਸੀਗਾ ਐਗਜ਼ਾਮ ਉਹ ਕੈਨਸਲ ਹੋ ਚੁੱਕਾ ਹੈ ਠੀਕ ਹੈ ਤਾਂ ਇਹਦੀ ਅੱਗਲ ਨਹੀਂ ਕਰਾਂਗੇ ਉਸ ਤੋਂ ਬਾਅਦ ਬਚਿਆ ਇੰਟੈਲੀਜੈਂਸ ਹੈੱਡ ਕਨਸਟੇਬਲ ਸਿਵਿਲਿਅਨ ਸਿਵਿਲਿਅਨ سپورਟ ਸਟਾਫ ਤੇ ਜਿਹੜਾ ਹੈੱਡ ਕਨਸਟੇਬਲ ਦਾ ਐਗਜ਼ਾਮ ਤੁਸੀਂ ਦੇਖੋ ਜਿਹੜਾ ਹੋਇਆ ਸੀਗਾ ਦੀ ਓਬਜੈਕਸ਼ਨ ਦੀ ਐਂਡਡੇਟ ਸੀਗੀ 17 ਨੂੰ 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਠੀਕ ਹੈ ਤੁਹਾਨੂੰ ਪਤਾ ਅੱਜ 20 ਤਰੀਕ ਹੈ ਤੇ 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਹਜੇ ਤੱਕ ਇਹਨਾਂ ਦਾ ਕੋਈ ਅਤਾ ਪਤਾ ਨਹੀਂ ਕੋਈ ਨਾ ਨਾਰਮਲਾਈਜ਼ਡ ਸਕੋਰ ਕੱਟੇ ਨਾ ਇਹਨਾਂ ਨੇ ਹਜੇ ਤੱਕ ਤੇ ਤੇ ਫਿਜ਼ੀਕਲ ਬਾਰੇ ਤੱਕ ਕੀ ਜਾਣਕਾਰੀ ਦੇਣੀ ਹੈ ਅਜੇ ਤੱਕ ਠੀਕ ਹੈ ਉਸ ਤੋਂ ਅਸਿਵਿਲੀਅਨ ਸਪੋਰਟ ਸਟਾਫ ਇਹਦੀ ਡੇਟਸ ਤੁਸੀਂ ਦੇਖੋ ਤੇ 27 9 ਨੂੰ ਜਿਹੜਾ 27 ਸਤੰਬਰ ਨੂੰ ਹੋਇਆ ਸੀਗਾ objection end ਹਨਾ ਉਸ ਤੋਂ ਬਾਅਦ ਨਾ ਫਾਈਨਲ ਅਨਸਰ ਕੀ ਆਈ ਹੈ ਤੇ ਨਾ ਹੀ ਕੋਈ ਨਾਰਮਲਾਈਜ਼ਡ ਸਕੋਰ ਨਾ ਹੀ ਕੋਈ ਫਿਜ਼ੀਕਲ ਬਾਰੇ ਜਾਣਕਾਰੀ ਤੇ ਇਹਨੂੰ ਵੀ ਦੇਖੋ ਤੁਸੀਂ ਕਿੰਨੇ ਦਿਨ ਹੋ ਚੁੱਕੇ ਹੈ ਠੀਕ ਹੈ 22 25 ਦਿਨ ਤੱਕ ਹੋ ਹੀ ਗਏ 20 ਵਾ ਦਿਨ ਹੋ ਗਏ ਇਹਨੂੰ ਵੀ ਉਸ ਤੋਂ ਬਾਅਦ ਹੈਡ ਕਨਸਟੇਬਲ ਦਾ ਦੇਖੋ ਤੁਸੀਂ ਹੈਡ ਕਨਸਟੇਬਲ ਦਾ ਇਗਜ਼ਾਮ ਹੋ ਚੁੱਕਾ ਹੈ ऑब्जेक्शन जेडी 33 ਨੂੰ ਲੱਗੀ ਸੀ ਠੀਕ ਹੈ 17 ਦਿਨ ਦੇ ਵੀ ਲੰਘ ਚੁੱਕੇ ਨੇ ਤੇ ਨਾ ਕੋਈ ਫਾਈਨਲ ਆਂਸਰ ਕੀ ਹੈ ਨਾ ਕੁਝ ਹੈ ਠੀਕ ਹੈ ਜਦਕਿ ਇਹ ਸਾਰੇ ਐਗਜ਼ਾਮ ਤੁਸੀਂ ਤੁਹਾਨੂੰ ਪਤਾ ਹੈ ਸਾਰੇ ਸੀਬੀਟੀ ਸੀਗੇ ਕੰਪਿਊਟਰ ਬੇਸਡ ਟੈਸਟ ਸੀਗੇ ਕੰਪਿਊਟਰ ਬੇਸਡ ਟੈਸਟ ਦੇ ਵਿੱਚ ਰਿਜ਼ਲਟ ਕੱਢਣਾ ਬਹੁਤ ਆਸਾਨ ਹੁੰਦਾ ਹੈ Uh, in comparison to OMR ਦੇ ਵਿੱਚ ਕਿਉਂਕਿ OMR ਦੇ ਵਿੱਚ ਮਸ਼ੀਨ ਦੇ ਵਿੱਚ ਸ਼ੀਟਾ ਪਾ ਕੇ ਉਹ ਚੈੱਕ ਕਰਦੇ ਨੇ ਠੀਕ ਹੈ ਕੰਪਿਊਟਰ ਚੈੱਕ ਕਰਦਾ ਤੇ ਫਿਰ ਜਣੀ ਆਪਣਾ ਮਤਲਬ ਜਿਆਦਾ ਟਾਈਮ ਲੱਗਦਾ ਉਹਨੂੰ ਚੈੱਕ ਕਰਨ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਸਾਰਾ ਡਾਟਾ ਮੇਨਟੇਨ ਕਰਨਾ ਰਿਕਾਰਡ ਕਰਨਾ ਫਿਰ ਉਹਨੂੰ ਸોર્ટ ਕਰਨਾ ਕਿਤੇ ਨੰਬਰ ਵੱਧ ਕਿਤੇ ਨੰਬਰ ਘੱਟ ਅਕੋਰਡਿੰਗ ਟੂ ਨੰਬਰ ਫਿਰ ਸોર્ટ ਕਰਨਾ ਠੀਕ ਹੈ ਤੇ ਉਹਦੇ ਵਿੱਚ ਫਿਰ ਨਰਮਲਾਈਜੇਸ਼ਨ ਕਰਨੀ ਹੁੰਦੀ ਹੈ ਤੇ CBT ਇਹਦੇ ਇਹਦੇ ਮੁਕਾਬਲੇ ਆਸਾਨ ਹੈ ਕਿਉਂਕਿ CBT ਤੁਸੀਂ ਮੌਕ ਟੈਸਟ ਦੇ ਦਿੱਤੇ ਹੋਣੇ ਆ ਜੇ ਤੁਹਾਨੂੰ ਪਤਾ ਹੋਣਾ ਕਿ ਮੌਕ ਟੈਸਟ ਵਿੱਚ ਜਦੋਂ ਆਪਾਂ ਮੌਕ ਟੈਸਟ ਸਬਮਿਟ ਕਰਦੇ ਆ ਤੇ ਨਾਲ ਦੀ ਨਾਲ ਆਪਾਂ ਨੂੰ ਰਿਜ਼ਲਟ ਪਤਾ ਲੱਗ ਜਾਂਦਾ ਹੈ ਕਿ ਹਾਂ ਕਿੰਨੇ ਕੁਐਸਚਨ ਸਹੀ ਕੀਤੇ ਆਪਾਂ ਕਿੰਨੇ ਗਲਤ ਕੀਤੇ ਠੀਕ ਹੈ ਤੇ ਉਸ ਤੋਂ ਬਾਅਦ ਸਿਰਫ ਨਾਰਮਲਾਈਜੇਸ਼ਨ ਦਾ ਪ੍ਰੋਸੈਸ ਰਹਿ ਜਾਂਦਾ ਤੇ ਇਹਦੇ ਵਿੱਚ ਵੀ ਗੱਲ ਕਰੀ ਇੰਟੈਲੀਜੈਂਸ ਦੇ ਵਿੱਚ ਵੀ ਜਦੋਂ ਆਪਾਂ ਪੇਪਰ ਲੈਂਦਾ ਉੱਥੇ ਸਬਮਿਟ ਕੀਤਾ ਆਪਣੇ ਨਾਲ ਦੀ ਨਾਲ ਰਿਕਾਰਡ ਸਬਮਿਟ ਹੋ ਗਿਆ ਕਿੰਨੇ ਕੁਐਸਚਨ ਸਹੀ ਕੀਤੇ ਆਪਾਂ ਕਿੰਨੇ ਗਲਤ ਕੀਤੇ ਸਾਰੇ ਰਿਕਾਰਡ ਹੋ ਗਏ ਉੱਥੇ ਉਸ ਤੋਂ ਬਾਅਦ ਜਿਹੜ ਨਾਰਮਲਾਈਜੇਸ਼ਨ ਕਰਨੀ ਹੈ ਸਿਰਫ ਉਹਨਾਂ ਨੇ ਠੀਕ ਹੈ ਡਾਟਾ ਸੋਰਟ ਕਰਨਾ ਤੇ ਨਾਰਮਲਾਈਜੇਸ਼ਨ ਕਰਨੀ ਹੈ ਤੇ ਉਹ ਵੀ ਨਹੀਂ ਹਜੇ ਤੱਕ ਹੋਇਆ ਇਹਨਾਂ ਤੋਂ ਤੇ ਆਪਾਂ ਕਨਸਟੇਬਲ ਦਿੱਤਾ ਉਮੀਦ ਹੈ ਕਿ ਕੀ ਕਰੀਏ ਕਿਉਂਕਿ ਇਹ ਟ੍ਰੈਂਡ ਹੈ ਕਿ ਜਦੋਂ ਵੀ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਨਿਕਲਦੀ ਹੈ ਹਮੇਸ਼ਾ ਉਹਦਾ ਪ੍ਰੋਸੈਸ ਪਹਿਲਾਂ ਹੀ ਪੂਰਾ ਹੁੰਦਾ ਹੈ ਤੇ ਉਸ ਤੋਂ ਬਾਅਦ ਸੈਕੰਡ ਉਸ ਤੋਂ ਬਾਅਦ ਥਰਡ ਦਾ ਜਿੰਦ ਤੱਕ ਤੁਸੀਂ ਪਹਿਲੇ ਵੀ ਦੇਖਿਆ ਹੋਣਾ ਪਟਵਾਰੀ ਦਾ ਪੇਪਰ ਜੇਲ ਵਾਰਡਰ ਦਾ ਪੇਪਰ ਵੈਟਨਰੀ ਇੰਸਪੈਕਟਰ ਦਾ ਪੇਪਰ ਠੀਕ ਹੈ ਹੋਰ ਵੀ ਜਿਹੜੀ ਡਿਊਟੀ ਡਰਾਫਟਸਮੈਨ ਸੀ ਕੇ ਉਹਨਾਂ ਸਾਰਿਆਂ ਦਾ ਪੇਪਰ ਜਿਹੜੇ ਹੋਏ ਸੀ ਉਹ ਸੀ ਸੀਕੁਐਂਸ ਵਿੱਚ ਕੰਪਲੀਟ ਕਰਵਾਏ ਜਾ ਰਹੇ ਨੇ ਅਜੇ ਤੱਕ ਫਾਈਨਲ ਰਿਜ਼ਲਟ ਤਾਂ ਨਹੀਂ ਆਇਆ ਸਿਰਫ ਇੱਕ ਵੈਟਰਨਰੀ ਇਨਸਪੈਕਟਰ ਦਾ ਫਾਈਨਲ ਰਿਟ ਆਇਆ ਹੈ ਅਜੇ ਤੱਕ ਤੇ ਜਿਹੜਾ ਬਸ ਇਹਨਾਂ ਦੇ ਵੀ ਤੁਹਾਨੂੰ ਪਤਾ ਜੇਲ ਵਾਟਰ ਤੇ ਵੀ ਫਿਜ਼ੀਕਲ ਵਗੈਰਾ ਹੋਏ ਹੋਏ ਹਨ ਕਾਉਂਸਲਿੰਗ ਹੋਣੀ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਦਾ ਵੀ ਪ੍ਰੀ ਮੇਨਸ ਹੋਇਆ ਹੈ ਪਟਵਾਰੀ ਵਾਲਿਆਂ ਦਾ ਠੀਕ ਹੈ ਤੇ ਬਸ ਫਾਈਨਲ ਰਿਜ਼ਲਟ ਆਉਣ ਦੀ ਬਾਰੀ ਹੈ ਤੇ ਜੇ ਤੁਸੀਂ ਦੇਖਿਆ ਕਿ ਉਹ ਸੀਕੁਐਂਸ ਦੇ ਵਿੱਚ ਹੀ ਜਾਂਦਾ ਹੁੰਦਾ ਤਾਂ ਮੋਸਟ ਪ੍ਰੋਬੇਬਲੀ ਇਹਦਾ ਵੀ ਜਿਹੜਾ ਸੀਕੁਐਂਸ ਦੇ ਵਿੱਚ ਹੀ ਆਏਗਾ ਸਭ ਤੋਂ ਨੇਵੀ ਕੰਪਲੀਟ ਹੋਏਗਾ ਤਾਂ ਐਟ ਲੀਸਟ ਸਕੋਰ ਆ ਜਾਣਗੇ ਠੀਕ ਹੈ ਫਿਜ਼ੀਕਲ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਜ਼ੀਕਲ ਹੋ ਜਾਏਗਾ ਜਾਂ ਹੋ ਰਹੇ ਹੋਣਗੇ ਨਾਲ ਫਿਰ ਕਨਸਟੇਬਲ ਦੀ ਫਿਜ਼ੀਕਲ ਦੀ ਡੇਟਸ ਆ ਸਕਦੀਆਂ ਨੇ ਇਦਾਂ ਹੋਏਗਾ ਤਾਂ ਇੰਟੈਲੀਜੈਂਸ ਹੋਏਗਾ ਉਸ ਤੋਂ ਬਾਅਦ ਹੈੱਡ ਕਨਸਟੇਬਲ ਸਿਵਿਲিয়ান سپورਟ ਸਟਾਫ ਇਹ ਤਿੰਨੋਂ ਹੋ ਜਾਣ ਤੋਂ ਬਾਅਦ ਹੀ ਜਿਹੜੀ ਉਮੀਦ ਹੈ ਕਨਸਟੇਬਲ ਦਾ ਫਿਜ਼ੀਕਲ ਹੋਣ ਦੀ ਪਿਛਲੇ ਜਿਹੜੀ 2016 ਵਾਲੀ ਵੈਕੈਂਸੀਆਂ ਦੀ ਆਪਾਂ ਜੇ ਥੋੜੀ ਜੀ ਗੱਲ ਕਰੀਏ ਤਾਂ ਉਹਦੇ ਵਿੱਚ ਨਵੰਬਰ ਐਂਡ ਦੇ ਵਿੱਚ ਨਨ ਜੋਇਨਿੰਗ ਦਿੱਤੀ ਸੀਗੀ ਠੀਕ ਹੈ ਐਂਡ ਨਵੰਬਰ ਦੇ ਵਿੱਚ ਕਰੀਬ 22 23 ਨਵੰਬਰ ਨੂੰ ਸ਼ਾਇਦ ਜੁਆਇਨਿੰਗ ਦੇ ਦਿੱਤੀ ਸੀ ਤੇ ਹੁਣ ਤੁਸੀਂ ਦੇਖ ਲਓ ਕਿ ਇਸ ਮਹੀਨੇ ਜੇ ਰਿਜ਼ਲਟ ਆਊਗਾ ਠੀਕ ਹੈ ਤੇ ਜੇ ਜੇ ਰਿਜ਼ਲਟ ਆਣ ਦੀ ਵੇਟ ਹੈ ਕਿਉਂਕਿ ਰਿਜ਼ਲਟ ਆਣ ਦੇ ਹਫਤੇ ਦੇ ਅੰਦਰ ਅੰਦਰ ਇਹਨਾਂ ਨੂੰ ਫਿਜ਼ੀਕਲ ਕਰਵਾ ਲੈਣੇ ਆ ਫਿਜ਼ੀਕਲ ਤੋਂ ਬਾਅਦ ਤੇ ਬੱਚੇ ਬੱਚਦੀ ਬਹੁਤ ਘੱਟ ਨੇ ਜਿਹੜਾ ਬਸ ਫਿਜ਼ੀਕਲ ਕੰਪਲੀਟ ਹੋਇਆ ਜਿਨ੍ਹਾਂ ਦਾ ਤੇ ਮੈਡੀਕਲੀ ਉਸ ਤੋਂ ਬਾਅਦ ਮੈਡੀਕਲੀ ਬੁਲਾਇਆ ਜਾਏਗਾ ਤੇ ਮੈਡੀਕਲ ਕੰਪਲੀਟ ਹੋਣ ਦਾ ਬਾਅਦ ਸਿੱਧਾ ਜੁਆਇਨਿੰਗ ਲੈਟਰ ਤਾਂ ਰਿਜ਼ਲਟ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਕਿ ਪਹਿਲਾਂ ਇੰਟੈਲੀਜੈਂਸ ਦਾ ਆਊਗਾ ਠੀਕ ਹੈ ਇਹ ਜਿਹੜੇ ਪ੍ਰੋਸੈਸ ਪਹਿਲਾਂ ਹੋਏ ਹੋਏ ਨੇ ਉਹਨਾਂ ਦਾ ਪਹਿਲਾਂ ਆਊਗਾ ਹੈੱਡ ਕਨਸਟੇਬਲ ਸਿਵਿਲੀਅਨ ਸਪੋਰਟ ਸਟਾਫ ਉਸ ਤੋਂ ਬਾਅਦ ਹੀ ਕਨਸਟੇਬਲ ਦਾ ਰਿਜ਼ਲਟ ਆਉਂਦਾ ਹੈ ਕਨਸਟੇਬਲ ਦੀ ਜਿਹੜੀ ਆਬਜੈਕਸ਼ਨ ਸੀਗੀ ਉਹ ਆਪਾਂ ਦੇਖਦੇ ਹਾਂ ਕਦੋਂ ਤੱਕ ਸੀਗੀ ਆ 1 10 ਨੂੰ ਲਾਸਟ ਆਬਜੈਕਸ਼ਨ ਸੀਗੀ ਲਾਸਟ ਡੇਟ ਆਬਜੈਕਸ਼ਨ ਦੀ ਤੇ ਕੁਐਸਚਨ ਪੇਪਰ ਐਂਡ ਅਨਸਰ ਕੀ ਲਾਈਵ ਡੇਟ 29 ਠੀਕ ਹੈ ਆ उन्ती नौ तो तीह दस तक मतलब कि अभी तीह तरीक तक क्वेश्चन पेपर के आंसर की लाइव रहने गए उत्थे हो सकता है कि आंसर की आ जाए जब तक फाइनल आंसर की आ जाए बट ज़्यादा चांसिज ये कि तीह तो बाद ही आए, है ना कई बच्चे कह रहे थे ग्रुपां चर्चा चल रही थी कि अठारह तरीकों रिजल्ट आ जाए भी आ जाए अभी भीह तरीक है कहू जाए कई चैनल वाले कह रहे हैं बट कोई ऑफिशियल न्यूज़ नहीं है कोई कुछ नहीं पता नहीं कितना लोग कह देंगे कि हाँ भी तरीक न जाने ਤਾਂ ਤੁਸੀਂ ਦੇਖੋ ਵੀ ਹਜੇ ਤਾਂ ਬੀ ਟਾਈਮ ਲੱਗੂਆ ਠੀਕ ਹੈ ਜਿੰਨਾ ਦੀ ਤਿਆਰੀ ਹੈਗੀ ਹੈ ਆਲਰੇਡੀ ਵੈਲ ਐਂਡ ਗੁੱਡ ਹੈ ਬਸ ਪ੍ਰੈਕਟਿਸ ਕਰਦੇ ਰਹੋ ਥੋੜੀ ਥੋੜੀ ਆਪਣਾ ਫਿਜ਼ੀਕਲ ਤੁਹਾਡਾ ਹੋਈ ਜਾਣਾ ਤੇ ਜਿਨ੍ਹਾਂ ਦੀ ਹਜੇ ਨਹੀਂ ਹੈ ਉਹ ਤਿਆਰੀ ਕਰਦੇ ਕਰਦੇ ਰਹੋ ਖਿੱਚ ਕੇ ਤੁਹਾਨੂੰ ਵਧੀਆ ਟਾਈਮ ਮਿਲ ਰਿਹਾ ਹੈ ਟਾਈਮ ਦੇ ਵਿੱਚ ਤਿਆਰੀ ਹੋ ਜਾਏਗੀ ਤਾਂ ਵਧੀਆ ਆਪਾਂ ਨਿਕਲ ਜਾਵਾਂਗੇ ਨਾ ਜੇ ਫਾਈਨਲ ਮੈਰਿਟ ਲਿਸਟ ਵਿੱਚ ਨਾਮ ਆ ਜਾਏਗਾ ਤਾਂ ਤੁਸੀਂ ਇਸ ਗੱਲ ਤੇ ਫੋਕਸ ਕਰਨ ਤੋਂ ਵਧੀਆ ਰਿਜ਼ਲਟ ਕਰਵਾਣਾ ਹੈ ਕਰੋ ਨਹੀਂ ਆਪਣਾ ਜਿਹੜਾ ਅੱਗੇ ਵਾਲੇ ਪ੍ਰੋਸੈਸ ਨੇ ਉਹਦਾ ਤੇ ਫੋਕਸ ਕਰੋ ਕੋਈ ਕੋਈ ਇਸ ਨੇ ਹੈਡ ਕਨਸਟੇਬਲ ਸੌਰੀ ਹਰਿਆਣਾ ਪੁਲਿਸ ਕਨਸਟੇਬਲ ਦਾ ਪੇਪਰ ਦਿੱਤ ਪਰਿਆ ਹੋਣਾ ਜਾਂ SSC GD ਦਾ ਪਰਿਆ ਹੋਣਾ ਠੀਕ ਹੈ ਤਾਂ ਉਹ ਸਾਰੇ ਉਹਦੀ ਤਿਆਰੀ ਕਰਦੇ ਰਹੋ ਠੀਕ ਹੈ ਨਾ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਮਾਰੇ ਟਾਈਮ ਦਾ ਕੋਈ ਕਈ ਵਾਰ ਇੱਕ ਦੋ ਨੰਬਰ ਤੋਂ ਮੈਂ ਪਿੱਛੇ ਰਹਿੰਦਾ ਹੈ ਕਈ ਵਾਰੀ ਫਿਜ਼ੀਕਲ ਦੇ ਵਿੱਚ ਇੰਨੇ ਵਜੇ ਪਰਫਾਰਮ ਨਹੀਂ ਕਰ ਪੰਦਾ ਸਾਡੇ ਕੋਲੇ ਐਟ ਲੀਸਟ ਅੱਗੇ ਚਾਂਸਸ ਤਾਂ ਹੁੰਦੇ ਆ ਕਿ ਹਾਂ ਕੁਝ ਕਰਾਂਦੇ ਹਨ ਕੁਝ ਹੋਰ ਵਧੀਆ ਅਚੀਵ ਕਰਨ ਦੇ ਤਾਂ ਤੁਸੀਂ ਹੈਗੇ ਜਿਹੜੇ ਵੀ ਆਪਣੇ ਥਿਅਰੀ ਕਰਦੇ ਰਹੋ ਠੀਕ ਹੈ ਜਦ ਤੱਕ ਫਾਈਨਲ ਸਿਲੈਕਸ਼ਨ ਨਹੀਂ ਹੁੰਦਾ ਉਦ ਤੱਕ ਤਾਂ ਆਪਾਂ ਨੂੰ ਹੱਥ ਪੱਲੇ ਮਾਰਦੇ ਰਹਿਣਾ ਚਾਹੀਦਾ ਤਾਂ ਬਸ ਇਸ ਵੀਡੀਓ ਨੂੰ ਮੈਂ ਇੱਥੇ ਐਂਡ ਕਰਾਂਗਾ ਤੇ ਆਈ ਹੋਪ ਤੁਹਾਨੂੰ ਵੀਡੀਓ ਜੇਡ ਹੈਲਪਫੁਲ ਲੱਗੀ ਹੋਏਗੀ ਠੀਕ ਹੈ ਤੇ ਇਹਨੂੰ ਸ਼ੇਅਰ ਕਰ ਦਿਓ ਇੱਕ ਵਾਰੀ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਤੇ ਨਵੇਂ ਉਤ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਠੀਕ ਹੈ ਜੀ ਮਿਲਦੇ ਆ ਜਲਦੀ